ਰੰਗ ਧਰਨੇ ਦੀ ਜਗ੍ਹਾ ਬਾਬਾ ਜੀ ਇਹ ਗੁਰਦੁਆਰਾ ਤਾਂ ਤੁਸੀਂ ਕਬਜ਼ ਕਰੀ ਬੈਠ ਗਏ ਹੁਣ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਿੱਖੀ ਦਾ ਰੱਜ ਕੇ ਕਾਣ ਹੋਇਆ। ਇਹ ਕਾਣ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਆਪਣੇ ਆਪ ਨੂੰ ਸਤਿਕਾਰ ਕਮੇਟੀ ਦੇ ਲੋਕ ਦੱਸਣ ਵਾਲੇ ਸਿੱਖੀ ਬਾਣੇ ਵਿੱਚ ਆਏ ਕੁਝ ਉਹ ਲੋਕ ਸਨ ਜਿਨ੍ਹਾਂ ਨੇ ਪਹਿਲਾਂ ਤਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਵਿੱਚ ਗੱਲਾਂ ਹੀ ਗੱਲਾਂ ਵਿੱਚ ਉਹਨਾਂ 'ਤੇ ਹਮਲਾ ਕਰਨ 'ਤੇ ਉਤਾਰੂ ਹੋ ਗਏ। ਮੌਕੇ 'ਤੇ ਬਣਾਈ ਗਈ ਵੀਡੀਓ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਕਿ ਸਿੱਖੀ ਬਾਣੇ ਵਿੱਚ ਲੜ ਰਹੇ ਇਹ ਲੋਕ ਇੱਕ ਦੂਜੇ ਦੀ ਚੰਗੀ ਤੂਕੜੀਸ ਕਰ ਰਹੇ ਨੇ, ਜਿਸ ਦੌਰਾਨ ਇੱਕ ਸਿੱਖ ਨੌਜਵਾਨ ਦੀ ਪੱਗ ਲੱਥ ਗਈ। ਉਧਰ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਹਮਲਾਵਰਾਂ 'ਤੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰਦੇ ਹੋਇਆ ਕਿਹਾ ਕਿ ਉਹ ਸਾਡੇ ਹੀ ਸਿੱਖ ਬੱਚੇ ਨੇ, ਅਸੀਂ ਇਹ ਮਸਲਾ ਸੁਲਝਾ ਲਵਾਂਗੇ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਅੱਜ ਕੁਝ ਨੌਜਵਾਨ ਬਾਣੇ ਵਿੱਚ ਸਨ, ਸ਼ਸਤਰਾਂ ਵਿੱਚ ਸਨ। ਉਹਨਾਂ ਨੇ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸੀ, ਮੈਨੇਜਰ ਮੁਰਦਾਬਾਦ, ਹੈੱਡ ਗ੍ਰੰਥੀ ਮੁਰਦਾਬਾਦ। ਉਹਨਾਂ ਨੂੰ ਪੁੱਛਣ ਵਾਸਤੇ ਮੈਂ ਇੱਥੇ ਸੀ, ਹਾਜ਼ਰ ਸੀ, ਮੈਂ ਗਿਆ। ਮੇਰੇ ਨਾਲ ਸਾਥੀ ਸਹਿਯੋਗੀ ਮੁਲਾਜ਼ਮ ਵੀਰ ਸਨ, ਉਹ ਬੈਠੇ ਦਫ਼ਤਰ ਦਫ਼ਤਰ ਦੇ ਆ ਕੇ ਸਾਹਮਣੇ ਸੀ। ਉਹ ਚੰਗਾ ਨਹੀਂ ਸੀ ਲੱਗ ਰਿਹਾ ਸੰਗਤ ਵਿੱਚ, ਅਤੇ ਹੱਥ ਜੋੜ ਕੇ ਜਦੋਂ ਉਹਨਾਂ ਨੂੰ ਪੁੱਛਿਆ, ਉਹ ਮਤਲਬ ਥੋੜ੍ਹਾ ਵਧੀਕੀ ਦੇ ਮੂਡ 'ਚ ਸਨ, ਥੋੜ੍ਹਾ ਤਲਖੀ ਵਿੱਚ ਸਨ। ਉਹ ਦਲੀਲ ਨਾਲ ਗੱਲ ਕਰਨ ਦੇ ਮੂਡ ਵਿੱਚ ਨਹੀਂ ਸਨ। ਉਹਨਾਂ ਨੂੰ ਕਿਹਾ ਕਿ ਵੀ ਗਿਆ ਵੀ ਆਓ ਆਪਾਂ ਬੈਠ ਕੇ ਗੱਲ ਕਰਦੇ ਹਾਂ। ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਗਲਤ ਫਹਿਮੀ ਸੀ ਵੀ ਪਿਛਲੇ ਦਿਨੀ ਜਿਹੜੇ ਠੇਕੇਦਾਰ ਨੇ ਉਹ ਕੀਤੀ ਬੇਅਦਬੀ, ਮਤਲਬ ਹੋ ਗਈ ਕਾਰਾਂ ਦੀ, ਚਿੰਨ੍ਹਾਂ ਦੀ ਸ਼ਾਇਦ, ਅਤੇ ਉਹਨੂੰ ਸ਼ਾਇਦ ਮਾਫ਼ ਕਰ ਦਿੱਤਾ ਗਿਆ। ਮਾਫ਼ੀ ਦਾ ਕੋਈ ਪ੍ਰੋਸੈਸ ਹੁੰਦਾ, ਇਹ ਮਾਫ਼ੀ ਮੰਗਣ ਦਾ ਹੱਕ ਉਹਨੂੰ ਹੈਗਾ, ਮਾਫ਼ ਨਹੀਂ ਕੀਤਾ ਜਾ ਸਕਦਾ। ਦੂਸਰਾ ਇਹ ਸੀ ਵੀ ਉਹਦੇ 'ਤੇ ਪਰਚਾ ਕਰਵਾਇਆ ਸੀ, ਉਹਨੇ ਬਾਹਰੋਂ ਬਾਅਦ ਜ਼ਮਾਨਤ ਲੈ ਲਈ, ਉਹ ਜ਼ਮਾਨਤ ਉਹਨੂੰ ਕੋਰਟ ਨੇ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਉਹਨੂੰ ਜ਼ਮਾਨਤ ਦੇ ਵੀ ਜਾਂ ਉਹਨੂੰ ਅਰੈਸਟ ਨਾ ਕਰਵਾਏ। ਸੋ ਇਹ ਥੋੜ੍ਹੇ ਜਿਹੇ ਰੰਜ ਨਾਲ, ਉਹ ਇੰਨੀ ਤਲਖੀ 'ਚ ਮੈਨੂੰ ਲੱਗ ਰਿਹਾ ਸੀ ਉਹਨਾਂ ਨਸ਼ਾ ਕੀਤਾ, ਇੱਕ ਤਾਂ ਉਹਨਾਂ ਵਿੱਚ ਥੋੜ੍ਹਾ ਜਿਹਾ ਪੱਕੇ ਜਿਹੇ ਰੰਗ ਦਾ ਸੀ, ਉਹ ਕੁਝ ਨਸ਼ੇ 'ਚ ਜਾਪ ਰਿਹਾ ਸੀ, ਬੜੀਆਂ ਬੇਹੁਦਾ ਜਿਹੀਆਂ ਗੱਲਾਂ ਕਰ ਰਿਹਾ ਸੀ। ਉਹਨੇ ਵੱਧਦਿਆਂ ਹੱਥ ਪਾਉਣ ਤੱਕ ਪਹੁੰਚ ਗਿਆ ਉਹ, ਅਤੇ ਛੇਤੀ ਨਾਲ ਜਿਹੜੇ ਸਾਥੀ ਮੁਲਾਜ਼ਮ ਸੀ ਉਹ ਅੱਗੇ ਹੋ ਗਏ, ਅਤੇ ਉਹਨਾਂ ਦੇ ਅੱਗੇ ਹੋਣ ਨਾਲ ਫਿਰ ਉਹ ਥੋੜ੍ਹਾ ਪਿੱਛੇ ਭੱਜ ਗਏ। ਤੁਸੀਂ ਕੀ ਹੁਣ ਕਰਨਾ ਚਾਹੁੰਦੇ, ਤੁਹਾਡੀ ਕਾਰਵਾਈ ਕੀ? ਮੈਂ ਸੋਚਦਾ ਵੀ ਵੇਖੋ, ਧਾਰਮਿਕ ਸੇਵਾਦਾਰ ਹੋਣ ਦੇ ਨਾਤੇ ਵੀ ਇੱਥੇ ਗੁਰੂ ਦੇ ਘਰ ਦੇ ਵਿੱਚ ਜੇ ਤਾਂ ਉਹ ਸਿੱਖ ਬੱਚੇ ਨੇ, ਆਪਾਂ ਨੂੰ ਇਹ ਵੇਖਣਾ ਚਾਹੀਦਾ ਵੀ ਥੋੜ੍ਹਾ ਗਲਤ ਫਹਿਮੀ ਵਿੱਚ ਨੇ, ਉਹਨਾਂ ਦੀ ਗਲਤ ਫਹਿਮੀ ਦੂਰ ਕਰ ਦਈਏ। ਅਤੇ ਜਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਸੀ ਉਹ ਬੜਾ ਗਲਤ ਸੀ, ਉਹਨਾਂ ਨੂੰ ਅਹਿਸਾਸ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਬਾਕੀ ਅਸੀਂ ਆਪਣੀ ਸੰਸਥਾ ਨੂੰ, ਆਪਣੇ ਮੁਖੀ ਅਧਿਕਾਰੀਆਂ ਨੂੰ ਬੇਨਤੀ ਕਰਾਂਗੇ, ਜਿਵੇਂ ਉਹ ਯੋਗ ਸਮਝਣਗੇ ਉਸ ਤਰ੍ਹਾਂ ਕੀਤਾ ਜਾਵੇ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਜਿਹੜਾ ਪਿਛਲੇ ਹਫ਼ਤੇ ਇੱਕ ਪਰਚਾ ਦਰਜ ਹੋਇਆ ਸੀ ਜਿਹੜਾ 295 ਜਿਹੜਾ ਅਪਮਾਨ ਦੇ ਰਿਗਾਰਡਿੰਗ ਕਰਾਇਆ, ਉਹਦੇ 'ਚ ਜਿਹੜੇ ਇਹ ਸਤਿਕਾਰ ਕਮੇਟੀ ਵਾਲੇ ਦੱਸਦੇ ਨੇ ਬੰਦੇ ਆਪਣੇ ਆਪ ਨੂੰ, ਮੇਨ ਇਹਦੇ 'ਚ ਹਰਕਮਲ ਹੈ, ਅਤੇ ਹਰਕਮਲ ਦੇ ਨਾਲ 10-15 ਬੰਦੇ ਇੱਥੇ ਇਕੱਠੇ ਹੋ ਕੇ ਆਏ ਸੀ ਮੇਨ ਹੈੱਡ ਗ੍ਰੰਥੀ ਨੂੰ ਪੁੱਛਣ ਕਿ ਉਹ ਮਾਫ਼ੀ ਦੇਣ ਵਾਲੇ ਕੌਣ ਹੁੰਦੇ ਆ। ਅਤੇ ਰਿਗਾਰਡਿੰਗ ਉਹਨਾਂ ਨੂੰ ਰੋਸ ਇਹ ਵੀ ਸੀ ਕਿ ਜਿਹੜੀ ਜੱਜ ਸਾਹਿਬ ਵੱਲੋਂ ਇਹਨਾਂ ਦੀ 1 ਤਰੀਕ ਨੂੰ ਮਨਜ਼ੂਰ ਹੋਈ ਹੈ ਇੰਟਰਨ ਬਿੱਲ ਲਈ, ਉਹਦੇ ਰਿਗਾਰਡਿੰਗ ਇੱਥੇ ਆਏ ਸੀ, ਪਤਾ ਹੈ ਨਹੀਂ ਪੂਰੀ ਇਨਫੋਰਮੇਸ਼ਨ ਆ ਕੇ ਇੱਥੇ ਬਹਿਸ ਲੱਗੇ ਜ਼ਿਆਦਾ ਕਰਨ, ਉਹਦੇ ਕਰਕੇ ਆਸ ਵਿੱਚ ਥੋੜ੍ਹੀ ਜਿਹੀ ਚਲੋ ਤਲਕਬਾਜ਼ੀ ਹੋਈ ਇਹਨਾਂ ਦੀ। ਉਸ ਤੋਂ ਬਾਅਦ ਫਿਰ ਜਦੋਂ ਜ਼ਿਆਦਾ ਆਕਰੋਸ਼ ਵਧਿਆ ਫਿਰ ਦੌੜ ਗਏ ਸਾਰੇ। ਕਿੰਨੇ ਕੁ ਵਿਅਕਤੀ ਸੀ? ਉਹ 10 ਬੰਦੇ ਨੇ ਸਤਿਕਾਰ ਕਮੇਟੀ, ਉਹੀ ਪਿਛਲੇ ਨੇ ਜੀ ਜਿਹੜੇ ਪਿਛਲੀ ਵਾਰ ਤੁਸੀਂ ਦੇਖੇ। ਅਰੈਸਟ ਵੀ ਕੀਤੇ ਆ? ਅਰੈਸਟ ਨਹੀਂ, ਇਹਨਾਂ ਦੀ 1 ਤਰੀਕ ਲੱਗੀ ਹੋਈ ਹੈ ਜੱਜ ਸਾਹਿਬ ਵੱਲੋਂ, ਇਹਨਾਂ ਨੂੰ ਇੰਟਰਨ ਬੇਲ ਦਿੱਤੀ ਗਈ ਹੈ, 3 ਤਰੀਕ ਫਿਰ ਰੈਗੂਲਰ ਬੇਲ ਲਈ ਹੈ। ਇਹਨਾਂ ਦੇ ਖਿਲਾਫ਼ ਕੋਈ ਲਿਖਤੀ ਸ਼ਿਕਾਇਤ ਇਹਨਾਂ ਵੱਲੋਂ ਦਿੱਤੀ ਗਈ ਹੈ? ਨਹੀਂ, ਕੋਈ ਨਹੀਂ। ਇਹ ਕਹਿੰਦੇ ਵੀ ਸਾਡੇ ਬੱਚੇ ਆਪਣੇ, ਅਸੀਂ ਮਾਫ਼ ਕਰਦੇ ਇੱਕ ਤਰ੍ਹਾਂ ਨਹੀਂ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਤੇ ਹਮਲਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਗੱਲ ਵੀ ਆਖੀ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰ ਸਕੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।